ਪੰਜਾਬ ਦੇ ਜਿਹੜੇ ਕਿਸਾਨ ਬਾਗਵਾਨੀ ਜਿਨ੍ਹਾਂ ਨੇ ਅਮਰੂਦ, ਨਿੰਬੂ, ਨਾਸਪਾਤੀ, ਚਕੋਤਰਾ ਅਤੇ ਚੀਕੂ ਦੀ ਫਸਲ ਦੀ ਬਿਜਾਈ ਅਤੇ ਬੂਟੇ ਲਾਏ ਸਨ ਉਨ੍ਹਾਂ ਨੂੰ ਨਿੰਬੂ ਦੀ ਫਸਲ ਦੇ ਵਿੱਚ ਅੱਛਾ ਭਾਅ ਮਿਲ ਰਿਹਾ ਹੈ ਲੇਕਿਨ ਅਮਰੂਦ ਦੇ ਵਿੱਚ ਕੀੜਾ ਲੱਗਣ ਕਰਕੇ ਅਮਰੂਦ ਸੇ ਇਨਾ ਮੁਨਾਫਾ ਕਿਸਾਨਾਂ ਨੂੰ ਨਹੀਂ ਹੋਇਆ ਲੇਕਿਨ ਚਕੋਤਰਾ ਵੀ ਅੱਛਾ ਰੇਟ ਦੇ ਰਿਹਾ ਹੈ ਅਤੇ ਨਿੰਬੂ ਦੇ ਵਿੱਚ 35-40 ਰੁਪਏ ਪ੍ਰਤੀ ਕਿਲੋ ਦੇ حساب ਨਾਲ ਨਿੰਬੂ ਬਾਜ਼ਾਰ ਦੇ ਵਿੱਚ ਵਿਕਰੇ ਜਿਸ ਨਾਲ ਬਾਗਬਾਨੀ ਵਿਭਾਗ ਵੀ ਇਨ ਕਿਸਾਨਾਂ ਨੂੰ ਸਮੇਂ-ਸਮੇਂ ਸਰ ਸਹਾਇਤਾ ਕਰਦਾ ਹੈ ਅਤੇ ਜਿਹੜੇ ਕਿਸਾਨ ਕਿਨੂ ਦੀ ਖੇਤੀ ਕਰਦੇ ਹਨ ਉਹਨਾਂ ਨੂੰ ਅਪੀਲ ਕਰਦਾ ਹੈ ਵੀ ਜਿਨ੍ਹਾਂ ਨੂੰ ਖੇਤਾਂ ਨੂੰ ਨਹਿਰੀ ਪਾਣੀ ਲੱਗਦਾ ਹੈ ਉਹ ਕਿਨੂ ਦੀ ਵਿਜਾਈ ਕਰਨ ਵਾਕੀ ਕਿਸਾਨਾਂ ਨੂੰ ਹੋਰ ਤਰ੍ਹਾਂ ਦੇ ਫਲ ਬੂਟੇ ਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਕਿਸਾਨ ਜਿਹੜੇ ਬਾਗਬਾਨੀ ਦਾ ਕੰਮ ਕਰ ਰਹੇ ਹਨ ਖਾਸ ਕਰ ਜਿਹੜੇ ਨਿੰਬੂ ਅਮਰੂਦ ਅਤੇ ਚੀਕੂੜਾ ਨਾਸਪਤੀ ਦਾ ਉਹਨਾਂ ਨੇ ਇਸ ਵਾਰ ਠੀਕ ਪੈਸਾ ਕਮਾਇਆ ਅਮਰੂਦ ਨੂੰ ਕੁਝ ਨੁਕਸਾਨ ਪਹੁੰਚਿਆ ਜਿਹਦੇ ਵਿੱਚ ਕੀੜਾ ਲੱਗਾ ਇਸ ਕਰਕੇ ਕਿਸਾਨਾਂ ਨੂੰ ਬਾਗਬਾਨੀ ਵਿਭਾਗ ਪੰਜਾਬ ਸਰਕਾਰ ਦਾ ਵੱਖ-ਵੱਖ ਸਮੇਂ ਤੇ ਸਹਾਇਤਾ ਕਰਦਾ ਹੈ ਅਤੇ ਉਹਨਾਂ ਦੀ ਜਾਣਕਾਰੀ ਤੇ ਵਾਅਦਾ ਕਰਦਾ ਹੈ ਲਖੋ ਜੀ ਐਤਕੀ ਸਾਡੇ ਵਾਸਤੇ ਤਾਂ ਮੌਸਮ ਬਹੁਤ ਵਧੀਆ ਹੈ ਨਿੰਬੂ ਵੀ ਚੰਗਾ ਉੱਤਰ ਰਿਹਾ ਹੈ ਅਮਰੂਦ ਵੀ ਠੀਕ ਉੱਤਰਿਆ ਕੋਈ ਫਰਕ ਨਹੀਂ ਪਿਆ ਹੈਗਾ ਵੀ ਜਿਵੇਂ ਪਹਿਲਾਂ ਫਰਕ ਪੈਗਾ ਸੀ ਉਹ ਉਹਦੇ ਮੁਤਾਬਕ ਨਿੰਬੂਰੇ ਕਿੰਨੇ ਮਿਲ ਰਹੇ ਠੀਕ ਮਿਲ ਰਹੇ ਹਾਂ ਜੀ ਠੀਕ ਹੈ ਕੀ ਰੇਟ ਮਿਲ ਰਹੇ ਨੇ ਉਹ ਤੇੰ ਦਾ 30 35 ਲੱਗਿਆ ਜਾ ਰਿਹਾ ਜੀ ਵਿਕ ਜਾਂਦਾ ਹਾਂ ਜੀ ਤੇ ਅਮਰੂਦ ਅਮਰੂਦ ਵੀ ਉਂ ਵੈਸੇ ਜੇ ਅਸੀਂ ਉਹਦੇ ਵਿੱਚ ਹੀ ਇਹ ਤਾਂ 60 70 ਦੇ ਹਿਸਾਬ ਨਾਲ ਵਿਕ ਰਿਆ ਉਂ ਤਾਂ ਜੀ 35 40 ਦੇ ਹਿਸਾਬ ਨਾਲ ਜਾ ਰਿਹਾ ਤੇ ਮੌਸਮ ਕਿਵੇਂ ਹੈ ਮੌਸਮ ਬਹੁਤ ਵਧੀਆ ਜੀ ਫਲਦਾਇਕੀ ਉਂ ਵੈਸੇ ਅੱਗੇ ਆਉਣ ਵਾਲੇ ਸਮੇਂ ਨੂੰ ਤਾਂ ਅਸੀਂ ਕਹਿ ਨਹੀਂ ਸਕਦੇ ਹੁਣ ਠੀਕ ਹੈ ਆਪਣੇ ਇਹ ਵੀ ਜਿਤਾ ਬਾਗ ਤਾਂ ਕਈ ਨੇ ਜਿ ਜਿਵੇਂ ਆਪਣਾ ਇਹ ਹੋ ਗਿਆ ਕੁਤਬਨਪੁਰ ਹੋ ਗਿਆ ਜੀ ਜੀਬਕਪੁਰ ਹੋ ਗਿਆ ਬਾਕੀ ਆ ਫਤੇਵਰ ਫਤੇਵਰ ਹੋ ਗਿਆ ਜੀ ਲਾਲਗੜ ਹੋ ਗਿਆ ਚਨਗਰਾ ਤੇ ਹੋਰ ਵੀ ਬਹੁਤ ਬਾਗ ਨੇ ਇਹ ਆਪਣੇ ਮਿਹਰ ਦੀ ਮਦਦ ਹਜੇ ਤੱਕ ਤਾਂ ਸਾਨੂੰ ਤਾਂ ਕੋਈ ਨਹੀਂ ਦੀ ਦਿੱਤੀ ਹੋ ਗਈ ਨਾ ਆਈ ਜੀ ਕੋਈ ਸਬਸਿਡੀ ਕੁਛ ਨਹੀਂ ਕੁਛ ਨਹੀਂ ਜੀ ਦਿੰਦੇ ਹੈਗੇ ਪਾਣੀ ਠੀਕ ਪਾਣੀ ਠੀਕ ਮਿਲ ਰਿਹਾ ਜੀ ਲੈ ਠੀਕ ਆ ਰਹੀ ਆ ਹੁਣ ਵੈਸੇ ਤਾਂ ਜਾਦੇ ਲਾਈਟ ਦਾ ਸੀ ਸਾਨੂੰ ਲਾਈਟ ਪੂਰੀ ਦੇ ਦੇ ਨੇ ਅੱਗੋਂ ਤੱਕ ਪਤਾ ਨਹੀਂ ਜੀ ਪੂਰੀ ਦੇਣ ਨਾ ਦੇਣ ਇਹਦੇ ਚ ਜੀ ਨਿੰਬੂ ਹਮ ਮਸੰਮੀਆਂ ਹਮ ਚਕੋਤਰੇ ਹਾਂ ਤੇ ਮਰੂਦ ਅੱਛਾ ਤੇ ਮੌਸਮ ਕਿਵੇਂ ਦਾ ਫਲਾਂ ਵਾਸਤੇ ਠੀਕ ਆ ਜੀ ਮੌਸਮ ਬਹੁਤ ਵਧੀਆ ਵਧੀਆ ਜੀ ਮੌਸਮ ਠੀਕ ਫਲ ਉੱਤਰ ਰਿਹਾ ਹਾਂਜੀ ਹਾਂਜੀ ਦਿਹਾੜੀ ਬਣ ਜਾਂਦੀ ਹਾਂਜੀ ਤੇ ਬਾਗਬਾਨੀ ਵਿਭਾਗ ਵੱਲੋਂ ਜਿਹੜੀ ਸਬਸਿਡੀ ਦਿੱਤੀ ਜਾਂਦੀ ਹੈ ਜ਼ਿਆਦਾਤਰ ਜਿਹੜੇ ਸਾਡੀ ਐਕਸ਼ਨ ਪਲਾਨ ਜਿਹੜੇ ਆਪਣੇ ਇਲਾਕੇ 'ਚ ਜਿਆਦਾ ਹੁੰਦਾ ਅਮਰੂਦ ਹੁੰਦਾ ਅਮਰੂਦ ਦੀ ਜਾਂ ਆड़ੂ ਵਗੈਰਾ ਦੀ ਭੇਜੀ ਜਾਂਦੀ ਆ ਤੇ ਪਿਛਲੇ ਸਾਲ ਵੀ ਅਸੀਂ 4-5 ਕੇ ਜਿਹੜੇ ਘੱਗੇਵਾਲ ਦੇ ਕੇ ਸੀਗੇ ਭੇਜੇ ਨੇ ਨੈਸ਼ਨਲ ਆਰਟੀਕਲਚਰ ਮਿਸ਼ਨ 'ਚ ਉਹਦੇ ਅਸੀਂ ਤਿੰਨ ਕਿਸ਼ਤਾਂ ਹੀ ਦਿੰਨੇ ਆ ਜਿਵੇਂ ਪਹਿਲਾ 60% ਦੇਤੀ ਜਿਹੜੀ ਸਬਸਿਡੀ ਬਣੀ ਕਿਲੇ ਦੀ ਫਿਰ 20% ਅਗਲੇ ਸਾਲ ਇੱਕ ਦੋ ਵਾਰ ਅਗਲੇ ਸਾਲ 20% ਤੇ ਕਿੰਨੂ ਥੋੜਾ ਜਿਹਾ ਅਸੀਂ ਉਹੀ ਬੰਦੇ ਨੂੰ ਸ਼ਹਾਹਤ ਕਰਦੇ ਆ ਜਿੱਥੇ ਨਹਿਰੀ ਪਾਣੀ ਮਿਲੇ ਜਿਵੇਂ ਹੁਣ ਪਿੱਛੇ ਜੇ ਭੂਤਗੜ ਮੈਂ ਬਾਗ ਜੇ ਬੂਟੇ ਦਵਾਏ ਨੇ ਆਪਣੇ ਟਾਂਡਾ ਤੋਂ ਆਪਣੇ ਉਧਰੋਂ ਸ਼ਹਿਰ ਪਰੋਂ ਤੋਂ ਦਵਾਏ ਨੇ ਤੇ ਉਹ ਉਥੇ ਨਹਿਰੀ ਪਾਣੀ ਲੱਗਦਾ ਕਿਉਂਕਿ ਉਥੇ ਜਿਹੜਾ ਦੂਜਾ ਪਾਣੀ ਆ ਉਹਦੇ ਚ ਉਹਦੀ ਜਿਹੜੀ ਨੂਨ ਹੁੰਦਾ ਇਲੈਕਟ੍ਰਿਕ ਕਨਡਕਟਿਵਿਟੀ ਹੁੰਦੀ ਆ ਉਹ ਜ਼ਿਆਦਾ ਹੁੰਦੀ ਆ ਆਮ ਪਾਣੀ ਦੀ ਉਹਦੇ ਚ ਕਿੰਨੂ ਮਰ ਜਾਂਦਾ ਕਿ ਕਿਨੂ ਦੇ ਵਿੱਚ ਖਰਚਾ ਵੀ ਬਹੁਤ ਹੁੰਦਾ ਸਪਰੀਆਂ ਦਾ ਲਗਾਤਾਰ ਮੁਨਾਫਾ ਵੀ ਬਹੁਤ ਆ ਕਿਨੂ 'ਚ ਖਰਚਾ ਵੀ ਬਹੁਤ ਆ ਪਰ ਉਹ ਪਾਣੀ ਨਹਿਰੀ ਹੁਣ ਕਰਕੇ ਆਪਣੇ ਥੋੜੇ ਕਿਨੂ ਦੇ ਬਾਗ ਨੇ ਜਿਵੇਂ ਚਨਾਗਰੇ ਆ ਭੂਤਗੜ ਨਮਾ ਲੱਗਿਆ ਤੇ ਇੱਥੇ ਆਪਣੇ ਨੇੜੇ ਕੁਤਵਨਪੁਰ ਹੈਗਾ ਨਿੰਬੂ ਦਾ ਨਿੰਬੂ ਲੋਕ ਲਾ ਰਹੇ ਨੇ ਇੱਕ ਆਪਣੇ ਦੁਗਾਲ ਹੈਗਾ ਰਾਮਪੁਰ ਦੁਗਾਲ ਉਹ ਮੁੰਡੇ ਨੇ ਨਿੰਬੂ ਲਾਇਆ ਤੇ ਉਹ ਵਧੀਆ ਮੁਨਾਫਾ ਕਮਾ ਰਿਹਾ ਉਹਦਾ 25 ਰੁਪਏ ਤੋਂ 30 ਰੁਪਏ ਵਿਕ ਜਾਂਦਾ ਕਿਲੋ ਨੇੜੇ ਪਾਤੜਾ 'ਚ ਤੇ ਉਹ ਆਪਦੇ ਲੈਵਲ ਤੇ ਉਹਨਾਂ ਨੇ ਲਾਇਆ ਸੀ ਜੇ ਕੋਈ ਕਿਸਾਨ ਰਜਿਸਟਰਡ ਨਰਸਰੀ ਜੋ ਲੈ ਕੇ ਸਾਡੀ ਸਲਾਹਾਂ ਲਾਉਂਦਾ ਫਿਰ ਅਸੀਂ ਉਹਨੂੰ ਉਹਦਾ ਤਾਂ ਹੀ ਸਬਸਿਡੀ ਦੇ ਸਕਦੇ ਹਾਂ ਜਿਹੜਾ ਨੈਸ਼ਨਲ ਹਾਰਟੀਕਲਚਰ ਬੋਰਡ ਨਾਲ ਰਜਿਸਟਰਡ ਹੋਵੇ ਜਾਂ ਸਰਕਾਰੀ ਹੋਵੇ ਇਹ ਪਹਿਲੀ ਸ਼ਰਤ ਹੁੰਦੀ ਆ ਬਾਕੀ ਉਹਨੂੰ ਜਿਹੜੇ ਪੈਸੇ ਮਿਲਦੇ ਨੇ ਉਹ ਜਸਟ ਟੋਏ ਪੱਟਣ ਦੇ ਖਾਦਾਂ ਦੇ ਬੂਟਿਆਂ ਦੇ ਮੋਡਲੀ ਸਹਾਇਤਾ ਦੇ ਮਤਲਬ ਤਿੰਨ ਕਿਸ਼ਤਾਂ ਦਿੱਤਾ ਜਾਂਦਾ 60 20 20 ਤੇ ਕੈਮਰਾਮੈਨ ਬਾਲਸਨ ਗਰਗ ਦੇ ਨਾਲ ਪਰਸੋਤਮ ਕੋਸਿਕ ਸਮਾਣਾ ਨਿਊਜ਼